ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ, ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇਸ ਮਾਮਲੇ ਵਿੱਚ ਪਹਿਲੇ ਸ਼ਾਰਪ ਸ਼ੂਟਰ ਪੁਣੇ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਸ਼ਾਰਪ ਸ਼ੂਟਰ ਸਿਦੇਸ਼ ਹੀਰਾਮਨ ਕਾਬਲੇ ਉਫ ਸੌਰਵ ਮਾਕਾਲ ਨੂੰ ਗ੍ਰਿਫਤਾਰ ਕਰ ਲਿੱਤਾ ਹੈ। ਇਸ ਕਤਲ ਕਾਂਡ ਵਿੱਚ ਸ਼ਾਮਿਲ ਪੰਜ ਹੋਰ ਮੁਲਜ਼ਮਾਂ ਦੀ ਪਛਾਣ ਕਰ ਲਿੱਤੀ ਗਈ ਹੈ। ਸੌਰਵ ਮਾਕਾਲ ਮੂਸੇਵਾਲਾ ਨੂੰ ਮਾਰਨ ਲਈ ਅੰਡਰਵਰਲਡ ਡਾਨ ਅਰਨ ਗਵਲੀ ਦੇ ਗਨਮੈਨ ਸੰਤੋਸ਼ ਯਾਦਵ ਨਾਲ ਪੰਜਾਬ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ ਮਹਾਕਾਲ ਦੇ ਜਾਵਤ ਸਮੇਤ 8 ਸ਼ਾਰਪ ਸ਼ੂਟਰਾਂ ਦੀ ਪਹਿਚਾਣ ਕਰ ਲਿੱਤੀ ਹੈ। ਸੌਰਵ ਮਹਾਕਾਲ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਕੁਝ ਸਾਲ ਪਹਿਲਾਂ ਉਹ ਸੰਤੋਸ਼ ਯਾਦਵ ਨਾਲ 3 ਤੋਂ 4 ਵਾਰ ਪੰਜਾਬ ਗਿਆ ਸੀ। ਉੱਥੇ ਉਸਦੀ ਮੁਲਾਕਾਤ ਲਾਰਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਨਾਲ ਹੋਈ ਹੈ। ਉਹ ਪਹਿਲਾਂ ਹੀ ਲਾਰਸ ਬਿਸ਼ਨੋਈ ਨੂੰ ਜਾਣਦਾ ਸੀ, ਪਰ ਪੰਜਾਬ ਵਿੱਚ ਘੁੰਮਦੇ ਹੋਏ ਉਸ ਦੀ ਦੋਸਤੀ ਬਿਸ਼ਨੋਈ ਗੈਂਗ ਦੇ ਮੈਂਬਰ ਸੁੱਖੀ ਗੂਰੀ ਪਰਮ ਦੇ ਨਾਲ ਹੋਈ ਹੈ ਅਤੇ ਮਹਾਕਾਲ ਅਨੁਸਾਰ ਬਿਸ਼ਨੋਈ ਗੈਂਗ ਦੇ ਮੈਂਬਰ ਉਸ ਦੀ ਸੂਝਬੂਝ ਤੋਂ ਕਾਇਲ ਹੋ ਗਏ। ਗੂਰੀ ਅਤੇ ਸੁੱਖੀ ਨੇ ਉਸ ਨੂੰ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਲਈ ਕਿਹਾ ਅਤੇ ਕੰਮ ਪੂਰਾ ਹੋਣ 'ਤੇ 3.5 ਲੱਖ ਰੁਪਏ ਦੇਣ ਦਾ ਭਰੋਸਾ ਦਿੱਤਾ। ਸੌਰਵ ਉਫ ਮਹਾਕਾਲ ਅਨੁਸਾਰ ਉਸ ਤੋਂ ਇਲਾਵਾ ਕੇਕੜੇ ਅਤੇ ਕੁਝ ਹੋਰ ਲੋਕ ਵੀ ਸਨ ਜੋ ਸਿੱਧੂ ਮੂਸੇਵਾਲਾ ਦੀ ਰੇਕੀ ਕਰ ਰਹੇ ਸਨ। ਕਰੀਬ 3 ਮਹੀਨਿਆਂ ਤੋਂ ਸੌਰਵ ਨੇ ਰੇਕੀ ਕੀਤੀ ਹੈ। ਬਿਸ਼ਨੋਈ ਗੈਂਗ ਨੂੰ ਜਾਣਕਾਰੀ ਮੁਹੱਈਆ ਕਰਵਾਈ ਹੈ। ਸੌਰਵ ਨੇ ਪੰਜਾਬ ਪੁਲਿਸ ਨੂੰ ਜੋ ਬਿਆਨ ਦਿੱਤਾ ਉਹਦੇ ਮੁਤਾਬਕ ਉਸ ਨੇ ਸਿੱਧੂ ਮੂਸੇਵਾਲਾ ਸੈਰ 'ਤੇ ਕਦੋਂ ਨਿਕਲਦਾ, ਕਿੱਥੇ ਜਾਂਦਾ, ਕਿਸ ਨੂੰ ਮਿਲਦਾ, ਕੌਣ ਕੌਣ ਉਸਦੇ ਕਰੀਬੇ ਨੇ, ਗਾਇਕ ਦੀ ਖਾਣ ਪੀਣ ਤੋਂ ਲੈ ਕੇ ਹਰ ਹਰਕਤ ਦਾ ਜਾਇਜ਼ਾ ਲਿਆ। ਕੇਕੜਾ ਸਮੇਤ ਸੁੱਖੀ ਨੂੰ ਪੂਰੀ ਜਾਣਕਾਰੀ ਦਿੱਤੀ ਹੈ। ਪੰਜਾਬ ਪੁਲਿਸ ਅਨੁਸਾਰ ਸੌਰਵ ਉਫ ਮਹਾਕਾਲ ਸਿੱਧੂ ਮੂਸੇਵਾਲਾ ਦੀ ਕੁਝ ਦਿਨਾਂ ਦੀ ਰੈਕੀ ਤੋਂ ਬਾਅਦ ਪੂਨੇ ਪਰਤਿਆ ਅਤੇ ਇਸ ਦੌਰਾਨ ਉਹ ਬਿਸ਼ਨੋਈ ਗੈਂਗ ਦੇ ਆਪਣੇ ਸਾਥੀ ਅਤੇ ਸੰਤੋਸ਼ ਜਾਵਤ ਦੇ ਸੰਪਰਕ ਦੇ ਵਿੱਚ ਸੀ। ਕੁਝ ਦਿਨ ਪਹਿਲਾਂ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਤਾਂ ਮਹਾਕਾਲ ਨੂੰ ਬਿਸ਼ਨੋਈ ਗੈਂਗ ਦਾ ਫੋਨ ਆਇਆ ਸੀ। ਉਸਨੇ ਕਿਹਾ ਕਿ ਕੰਮ ਹੋ ਗਿਆ, ਜਲਦੀ ਉਸਦਾ ਹਿੱਸਾ ਉਸਨੂੰ ਦੇ ਦਿੱਤਾ ਜਾਵੇਗਾ। ਸੌਰਵ ਮਹਾਕਾਲ ਅਨੁਸਾਰ ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਉਹ ਕਦੇ ਇਸ ਮਾਮਲੇ ਵਿੱਚ ਫਸ ਜਾਵੇਗਾ। ਕੁਝ ਦਿਨ ਪਹਿਲਾਂ ਜਦੋਂ ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਸ਼ਾਮਲ ਸੌਰਵ ਮਹਾਕਾਲ ਦਾ ਪੋਸਟ ਜਾਰੀ ਕੀਤਾ ਤਾਂ ਉਸ ਨੂੰ ਕਿਸੇ ਅਣਜਾਣ ਨੰਬਰ ਤੋਂ ਬਿਸ਼ਨੋਈ ਗੈਂਗ ਦੇ ਇੱਕ ਅਹਿਮ ਮੈਂਬਰ ਦਾ ਫੋਨ ਆਇਆ। ਉਸ ਨੂੰ ਛੇਤੀ ਤੋਂ ਛੇਤੀ ਪੂਨੇ ਛੱਡ ਕੇ ਨੇਪਾਲ ਭੱਜਣ ਦੀ ਚੇਤਾਵਨੀ ਦਿੱਤੀ ਗਈ ਅਤੇ ਨੇਪਾਲ ਭੱਜਣ ਤੋਂ ਪਹਿਲਾਂ ਪੂਨੇ ਪੁਲਿਸ ਨੇ ਸੌਰਵ ਨੂੰ ਸੰਗਮ ਨੇਟ ਦੇ ਟਿਕਾਣੇ ਤੋਂ ਗ੍ਰਿਫਤਾਰ ਕਰ ਲਿੱਤਾ। ਵੀਰਵਾਰ ਨੂੰ ਪੂਨੇ ਰੂਰਲ ਕ੍ਰਾਈਮ ਬ੍ਰਾਂਚ ਨੇ ਸੌਰਵ ਉਫ ਮਹਾਕਾਲ ਨੂੰ ਸੰਗਮ ਨੇਰ ਸਥਿਤ ਉਸਦੇ ਟਿਕਾਣੇ 'ਤੇ ਪਹੁੰਚਾਇਆ ਅਤੇ ਤਲਾਸ਼ੀ ਮੁਹਿੰਮ ਵੀ ਸ਼ੁਰੂ ਕੀਤੀ ਹੈ ਅਤੇ ਅਹਿਮ ਜਾਣਕਾਰੀ ਦੇ ਕਈ ਸਬੂਤ ਵੀ ਉਹਨਾਂ ਨੂੰ ਮਿਲੇ ਨੇ। ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ, ਖਬਰਾਂ ਦੇਖਣੀਆਂ ਸੁਣੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ਵਾਲਾ .com ਦੇ ਨਾਲ।